गुरु रूप गुरु खालसा संगत जी, जिस तरह आप जी ने सारे जाने चुके जो कि मान योग तख्त श्री दमदमा साहब जी के जथेदार सिंह साहब ज्ञानी हरप्रीत सिंह जी अपना अस्तीफा दे चुके हैं कि उन्होंने श्रोमणी गुरुद्वारा प्रबंधक कमेटी के प्रधान साहब जी को अपील की आ कि मेरा जिहड़ा अस्तीफा है मंजूर कर लिया जाए। पर मैं सिंह साहिबान जी को सोशल मीडिया राही बेनती करूंगा कि तुसीं इदां ना करो, अपना अस्तीफा ना दो, क्योंकि तुहानूं कौम ने बहुत ही सत्कार दिता वा। एक सत्कार तो तुसीं साडे माणयोग सिंह साहिबान जी, तुसीं कौम तुहानूं सत्कार दिंदी आ, तुहानूं सारा वर्ल्ड सारा संसार सत्कार दिंदा है। देशों विदेशों के विच तुसीं पंथ का प्रचार कर रहे, समय समय के हालातों के तुसीं ढुकवें जिहड़े आ ਉਹ ਬਿਆਨ ਦੇ ਕੇ ਤੇ ਆਪਣਾ ਕੌਮ ਨੂੰ ਜਾਗਰਤਾ ਕਰਦੇ ਨਹੀਂ ਤੇ ਜੇ, ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਅਸਤੀਫਾ ਨਾ ਦਿਓ। ਬਾਕੀ ਜਿਹੜੀ ਉਹ ਗੱਲ ਰਹਿ ਗਈ ਇਹੋ ਜਿਹੇ ਆਪਣਾ ਦੱਲੇ ਬੰਦੇ ਜਿਹੜੇ ਇਹੋ ਜਿਹੇ ਨਗੱਲੇ ਬੰਦੇ ਹੁੰਦੇ ਹਨ, ਇਹਨਾਂ ਬੰਦਿਆਂ ਦੀ ਜ਼ਿਆਦਾ ਪਰਵਾਹ ਨਾ ਕਰੋ। ਇਹਨਾਂ ਨੂੰ ਸਾਂਭਣ ਵਾਸਤੇ ਖਾਲਸਾ ਪੰਥ ਹੈਗਾ ਵਾ, ਅਸੀਂ ਇਹਦੇ ਨਾਲ ਸਵੇਰੇ ਵਿਹਨੇ ਹਾਂ, ਇਹਦਾ ਕੀ ਕਰਨਾ, ਜਲੂਸ ਕੱਢਾਂਗੇ ਪੂਰਾ ਇਹਦਾ। ਕਿਉਂਕਿ ਜਿਹੜਾ ਵੇਖੋ ਬਾਕੀ ਸੰਗਤ ਨੇ ਵੀ ਅੱਜ ਵੇਖ ਹੀ ਲਿਆ ਵਾ ਵੀ ਇੱਕ ਸਤਿਕਾਰ ਧਸਤੀ ਨੂੰ ਉਹਦੀ ਜਾਤ ਬਰਾਦਰੀ ਦੀ ਨੌਲ ਕੇ ਉਹਨੂੰ ਗਾਲਾਂ ਕੱਢੀਆਂ ਜਾ ਸਕਦੀਆਂ, ਉਹਦੀਆਂ ਧੀਆਂ ਚੁੱਕਣ ਤੱਕ ਦੀ ਜਿਹੜੇ ਬੰਦੇ ਏਦਾਂ ਦੇ ਆਪਣੇ ਗੱਲਾਂ ਕਰ ਸਕਦੇ ਆ, ਉਹ ਬੰਦਿਆਂ ਦਾ ਸਮਾਜ ਦੇ ਵਿੱਚ ਕਿੰਨਾ ਕੁ ਹੋਰ ਦੂਜੇ ਗਰੀਬ ਸਿੱਖਾਂ ਵਾਸਤੇ ਕਿੰਨਾ ਕੁ ਉਹਨਾਂ ਲਈ ਉਹਨਾਂ ਦੀ ਹਾਲ ਨਾਰਾ ਮਾਰਦੇ ਹੋਣੇ ਆ। ਇਹ ਕਰਕੇ ਸਵੇਰੇ ਅਸੀਂ ਅੰਮ੍ਰਿਤਸਰ ਦੇ ਵਿੱਚ ਇਕੱਠ ਕਰਕੇ ਸਾਰੇ ਜਿਹੜੇ ਸਿੱਖ ਸਾਹਿਬਾਨ ਸਾਰੇ ਆਪਾਂ ਇਕੱਠੇ ਹੋ ਕੇ ਆਪਾਂ ਪੂਰਾ ਜਿਹੜੇ ਗੱਲ ਕਰਕੇ ਵਚਨ ਕਰਕੇ ਸਾਰਿਆਂ ਦੇ ਨਾਲ ਇਹਦਾ ਪੂਰਾ ਜਲੂਸ ਕੱਢਾਂਗੇ, ਪੂਰਾ ਇਹਦਾ ਜਿਹੜਾ ਵਾ ਕਰਾਂਗੇ। ਬਾਕੀ ਸਿੱਖ ਸਾਹਿਬਾਨ ਜੀ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਅਹੁਦੇ ਤੇ ਬਣੇ ਰਹੋ, ਤੁਸੀਂ ਪੰਥ ਦੇ ਕੌਮ ਦੇ ਸਤਿਕਾਰਯੋਗ ਸਿੰਘ ਸਾਹਿਬਾਨ ਜੀ, ਤੁਸੀਂ ਉਹ ਜਿਹੜਾ ਤੁਹਾਡਾ ਰੁਤਬਾ ਬਰਕਰਾਰ ਰਹੂਗਾ। ਜੇ ਇਹ ਤੁਹਾਨੂੰ ਨਹੀਂ ਕਿਸੇ ਨੇ ਗਾਲਾਂ ਕੱਢੀਆਂ, ਤੁਹਾਡੀਆਂ ਬੱਚੀਆਂ ਨੂੰ ਨਹੀਂ ਨੌਲਿਆ, ਤੁਹਾਡੀ ਇਹ ਪੂਰੀ ਕੌਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਾਲ ਲੱਗੂਗੀ। ਇਹੋ ਜਿਹੇ ਬੰਦੇ ਨੂੰ ਇਹਦੀ ਜੀਭ ਦੇ ਵਿੱਚ ਕੀੜੇ ਪੈਣੇ ਚਾਹੀਦੇ ਆ, ਜਿਹੜਾ ਸਿੰਘ ਸਾਹਿਬਾਨਾਂ ਦੇ ਬਾਰੇ ਇਹੋ ਜਿਹੇ ਬਚਨ ਬੋਲਦਾ। ਬਾਕੀ ਅਸੀਂ ਆਪ ਜੀ ਦੇ ਨਾਲ ਆ, ਸਾਰੀਆਂ ਜਥੇਬੰਦੀਆਂ ਸਾਰਾ ਦਲਾਂ ਪੰਥਾਂ ਦੇ ਜਥੇਦਾਰ ਤੁਹਾਡੇ ਨਾਲ ਆ, ਸਾਰੇ ਸਿੱਖ ਕੌਮ ਤੁਹਾਡੇ ਨਾਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਆ, ਤੁਹਾਡੀ ਆਪਣੀ ਸੰਸਥਾ ਹੈ, ਤੁਸੀਂ ਉਹਦੇ ਵਿੱਚ ਜੰਮੇ ਪਲੇ, ਤੁਹਾਨੂੰ ਸਾਰਾ ਉੱਥੋਂ ਤੁਸੀਂ ਆਪਣਾ ਸਤਿਕਾਰ ਦਿੰਦੇ ਜੇ ਵਾਰ ਵਾਰ ਜਦੋਂ ਤੁਸੀਂ ਅਸਤੀਫਾ ਦਿੱਤਾ ਸੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਅਹੁਦੇ ਤੋਂ, ਉਸੇ ਵੇਲੇ ਵੀ ਤੁਸੀਂ ਕਿਹਾ ਵੀ ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜ ਵੀ ਤੁਸੀਂ ਕਹਿ ਰਹੇ ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਤੁਹਾਡਾ ਆਪਣਾ ਪਰਿਵਾਰ ਆ, ਉਹ ਤੁਹਾਡਾ ਆਪਣਾ ਘਰ ਆ, ਤੁਸੀਂ ਸੇਵਾ ਕਰੋ, ਜੋ ਵੀ ਕੋਈ ਨੇਕੀ ਆ ਉਹ ਅਸੀਂ ਸੰਭਾਲਣ ਵਾਸਤੇ ਹੈਗੇ ਹਾਂ। ਡਾਂ ਖੜਕਾਉਣ ਨੂੰ ਤੁਹਾਡਾ ਵੀਰ ਛੋਟਾ ਭਰਾ ਹੈਗਾ ਵਾ, ਜਿੱਥੇ ਵੀ ਸਾਡੀ ਸੇਵਾ ਲਾਓਗੇ ਅਸੀਂ ਜ਼ਰੂਰ ਤੁਹਾਡੇ ਨਾਲ ਖੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।